ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਿਦ ਵਿਰਕ। ਤੁਸੀਂ ਵੇਖ ਰਹੇ ਜੀ ਯੂਟਿਊਬ ਚੈਨਲ ਮੇਰਾ ਸਾਹੀਵਾਲ ਟੀਵੀ। ਜਿਵੇਂ ਕਿ ਜਨਾਬ, ਹਰ ਰੋਜ਼ ਕੋਸ਼ਿਸ਼ ਕਰਦਾ ਮੈਂ ਵੀਰਾਂ ਵਾਸਤੇ ਅੱਛੇ ਤੇ ਖੂਬਸੂਰਤ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂ। ਇਸੇ ਤਰ੍ਹਾਂ ਰੋਜ਼ ਦੀ ਨਿਸਬਤ ਅਸੀਂ ਜਨਾਬ ਦੋਸਤਾਂ ਵਾਸਤੇ ਇੱਕ ਅਲੱਗ ਕੁਆਲਿਟੀ ਦਾ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੋਏ। ਉਮੀਦ ਕਰਾਂਗੇ ਹਰ ਰੋਜ਼ ਤਰ੍ਹਾਂ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਵੀ ਪਸੰਦ ਆਏਗੀ। ਇਸ ਤੋਂ ਪਹਿਲਾਂ ਕੋਈ ਜਾਨਵਰ ਦੀ ਕਰਾਈਏ ਤਸੱਲੀਆਂ, ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਨੂੰ ਕਰਨਾ ਪ੍ਰੈਸ, ਤਾਂ ਕਿ ਸਾਡੇ ਇੱਕ ਅੱਛੀ ਔਰ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮੇਰੇ ਵੀਰਾਂ ਦੋਸਤਾਂ ਤੱਕ ਜਾਏ। ਜਨਾਬ, ਅੱਜ ਵੀਰਾਂ ਦੋਸਤਾਂ ਵਾਸਤੇ ਇੱਕ ਘਰੇਲੂ ਗਾਂ ਦੀ ਵੀਡੀਓ ਲੈ ਕੇ ਆਏ ਹਾਂ। ਅਤੇ ਜਨਾਬ, ਜਿਵੇਂ ਵੀਰ ਦੋਸਤਾਂ ਦੇ ਸੀ, ਜਨਾਬ ਪਿਓਰ ਗਵਾਲ ਵਾਲੀ ਗਾਂ ਚਾਹੀਦੀ ਹੈ। ਅਤੇ ਅੱਲਾ ਦੇ ਫਜ਼ਲ ਨਾਲ ਜਿਹੜੀ ਅੱਜ ਵਾਲੀ ਗਾਂ ਹੈ ਪਿਓਰ ਗਵਾਲ ਵਾਸਤੇ ਹੈ। ਅਤੇ ਇਨਸ਼ਾਅੱਲਾ ਮਸ਼ਕ ਜਿੱਡਾ ਵਾਂਦਾ ਗੱਲਾਂ ਬਾਤਾਂ ਨਾਲ ਨਹੀਂ, ਕੈਮਰੇ ਦੀ ਅੱਖ ਬੋਲ ਕੇ ਆਪੇ ਦੱਸੇਗੀ ਕਿ ਜਨਾਬ ਇਹ ਵਾਕਈ ਮਸ਼ਕ ਜਿੱਡਾ ਵਾਂਦਾ ਹੈ। ਹੋਲਕ ਰਾਜ ਜਾਨਵਰ, ਜਨਾਬ ਮੇਰਾ ਕੈਮਰਾਮੈਨ ਜਾਨਵਰ ਜੀ, ਤੁਹਾਨੂੰ ਕਰਾਂਗਾ ਤਸੱਲੀ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ। ਅਗਰ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਅੱਛੀ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਸ਼ੇਅਰ ਲਾਜ਼ਮੀ ਕਰਨਾ। ਅਤੇ ਆਖਿਰ 'ਤੇ ਵੀਡੀਓ ਵੇਖਣ ਤੋਂ ਬਾਅਦ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਦਿਆ ਕਰੋ। ਮੇਰਾ ਕੈਮਰਾਮੈਨ ਤੁਹਾਨੂੰ ਜਾਨਵਰ ਦੀ ਕਰਾਉਂਦਾ ਤਸੱਲੀ। ਸਭ ਤੋਂ ਪਹਿਲਾਂ ਜਨਾਬ ਜਾਨਵਰ ਦੀ ਜਿਹੜੀ ਓਰੀਜਨਲ ਹਾਈਟ ਚੈੱਕ ਕਰਨੀ ਆਪਣੇ ਅੰਮ੍ਰਿਤਸਰ ਦੇ ਜਾਨਵਰ ਦੀ, ਜਨਾਬ ਜਿਹੜੀ ਓਰੀਜਨਲ ਹਾਈਟ ਹੈ ਉਹ ਤੁਸੀਂ ਵੇਖਣੀ ਹੈ। ਕੋਈ ਕੁਛ ਨਹੀਂ ਜਨਾਬ, ਕੋਈ ਜ਼ੂਮ ਨਹੀਂ ਕੀਤਾ ਹੈ। ਓਰੀਜਨਲ ਹਾਈਟ ਜਾਨਵਰ ਦੀ, ਕਦਕਾਰ ਜਾਨਵਰ ਦੇ ਨਾਂ ਪੂਰਾ ਹੈ, ਫੁੱਲ ਕ੍ਰਾਸ ਜਾਨਵਰ। ਤੁਰਨ ਫਿਰਨ ਵੀ ਵੀਰਾਂ ਦੋਸਤਾਂ ਨੂੰ ਕਰਾਵਾਂਗੇ ਚੈੱਕ, ਅਡਰ ਕੁਆਲਿਟੀ ਵੀਰਾਂ ਦੋਸਤਾਂ ਦੇ ਸਾਹਮਣੇ ਤੁਸੀਂ ਲੈਣੀ ਇਹ ਤੋਂ ਪੈਂਦੀ ਵੀ ਇਹ ਤੁਸੀਂ ਬੈਕ ਲਿਆ। ਹਵਾਨੇ ਦੀ ਵੰਡ ਜਿਹੜੀ ਵੀਰਾਂ ਦੋਸਤਾਂ ਨੇ ਕਰਨੀ ਤਸੱਲੀ, ਮਸ਼ਕ ਜਿੱਡਾ ਵਾਣਾ ਗੱਲੀ ਬਾਤੀ ਨਹੀਂ ਜਨਾਬ। ਅਬਡੋਮੀਨਲ ਤੋਂ ਸਟਾਰਟ ਹੋ ਕੇ ਜਨਾਬ ਪਿੱਛੇ ਸੂਹ ਤੱਕ ਲੱਗਦਾ ਪਿਆ, ਇਹ ਜਨਾਬ ਹੁੰਦਾ ਜੀ ਮਸ਼ਕ ਜਿੱਡੇ ਵਾਣੇ। ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਮੁੱਠ ਭਰ ਸਨ ਬਿਰਲਾ ਜਾਨਵਰ ਦੀਆਂ ਪੂਰੀਆਂ ਹਾਥੀ ਤੇਰਾ ਜਨਾਬ ਜਾਨਵਰ ਸੰਭੇ ਆਇਆ, ਖੂਨ ਪੇਦਾ ਪੂਰਾ, ਫੁੱਲ ਕ੍ਰਾਸ ਜਾਨਵਰ ਹੈ, ਗਰਮੀ ਨਹੀਂ ਕਰੇਗਾ ਕਦੀ ਵੀ। ਇਹ ਜਨਾਬ ਪਿਓਰ ਗਵਾਲ ਵਾਲੇ ਜਾਨਵਰ ਜੇ, ਸਾਹੀਵਾਲ 'ਚੋਂ ਕ੍ਰਾਸ ਕੀਤੇ ਜਾਨਵਰ। ਇਹਨਾਂ ਜਿਹੜੀ ਦੁੱਧ ਦੇਣ ਦੀ ਕਪੈਸਿਟੀ ਹੁੰਦੀ ਹੈ ਉਹ ਬਾਕੀ ਜਾਨਵਰਾਂ ਨੂੰ ਜ਼ਿਆਦਾ ਹੁੰਦੀ ਹੈ, ਕਿਉਂਕਿ ਜਨਾਬ ਤੁਸੀਂ ਵੀਰ ਤੋਂ ਜਿਹੜੇ ਫਾਰਮਰ ਜਾਨਵਰਾਂ ਨੂੰ ਸਮਝਦੇ ਨੇ ਉਹ ਸਮਝ ਗਏ ਹੋਣੇ ਕਿ ਵਾਕਈ ਜਨਾਬ ਦੁੱਧ ਦੇਣ ਵਾਲਾ ਜਾਨਵਰ ਅਤੇ ਕੁਆਲਿਟੀ ਵਾਲਾ ਜਾਨਵਰ। ਭਵਾਨਾ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ ਜਨਾਬ ਫੁੱਲ ਵਧਰਾਂ ਅਜੇ ਕੱਚੀਆਂ ਪਈਆਂ, ਅਤੇ ਜਨਾਬ ਮੇਰੇ ਅੰਦਾਜ਼ੇ ਦੇ ਮੁਤਾਬਕ 8 ਤੋਂ 10 ਦਿਨ ਇਹ ਜਾਨਵਰ ਕੱਢੇਗਾ, ਸੁਣਦੀ ਅਜੇ ਤੱਕ ਨਹੀਂ। ਬਾਕੀ ਜਿਹੜੀ ਸਾਰੀ ਡਿਟੇਲ ਹੈ ਉਹ ਲਵਾਂਗੇ ਮਾਲਕਾਂ ਤੋਂ। ਸਾਡਾ ਕੰਮ ਹੈ ਜਨਾਬ ਜਾਨਵਰ ਦੀਆਂ ਕਰਾਉਣਾ ਤਸੱਲੀਆਂ, ਬਾਕੀ ਇਹ ਪਹਿਲਾਂ ਦੂਜੇ ਨਾਲ ਸਾਰੀ ਡਿਟੇਲ ਲਵਾਂਗੇ ਮਾਲਕ ਤੋਂ। ਜਾਨਵਰ ਨੂੰ ਤੁਸੀਂ ਤਸੱਲੀ ਨਾਲ ਵੇਖ ਲੈਣਾ ਹੈ ਅਤੇ ਜਨਾਬ ਜਿਹੜੇ ਜਾਨਵਰ ਰੱਖਦੇ ਨੇ ਉਹ ਸਮਝ ਗਏ ਹੋਣੇ ਕਿ ਵਾਕਈ ਜਨਾਬ ਇਹ ਕੁਆਲਿਟੀ ਵਾਲਾ ਜਾਨਵਰ ਹੈ ਅਤੇ ਜਨਾਬ ਇਹ ਪਿਓਰ ਗਵਾਲ ਵਾਲਾ ਜਾਨਵਰ। ਥਣ ਲਾਜਵਾਬ ਲੱਗਾ ਹੈ, ਮੋਟਾ ਪਾਵਰ ਵਾਲਾ, ਹੁਣ ਫਿਰ ਪੂਰਾ ਜਨਾਬ ਜਾਨਵਰ ਦੇ ਜਨਾਬ ਵੀਰਾਂ ਦੋਸਤਾਂ ਕਰ ਲਈ ਤਸੱਲੀ, ਬਾਕੀ ਜਨਾਬ ਡਿਟੇਲ ਆਪਾਂ ਲੈਂਦੇ ਮਾਲਕਾਂ ਤੋਂ। ਅਸਲਾਮ ਵਾਲੇਕਮ। ਵਾਲੇਕਮ ਅਸਲਾਮ ਭਾਈ ਜਾਨ, ਕੀ ਹਾਲ ਚਾਲ ਨੇ? ਅੱਲਾ ਦਾ ਸ਼ੁਕਰ ਭਾਈ ਜਾਨ, ਤੁਸੀਂ ਸੁਣਾਓ? ਠੀਕ ਠਾਕ। ਸਭ ਤੋਂ ਪਹਿਲਾਂ ਭਾਈ ਜਾਨ ਆਪਣਾ ਨਾਮ ਦੱਸਣਾ, ਆਪਣਾ ਨਾਮ ਕੀ? ਮੇਰਾ ਨਾਮ ਆਬਦ ਡੋਗਰ। ਆਬਦ ਡੋਗਰ, ਚੱਕ ਦਾਮ ਨਾਮ ਜੀ। ਅੱਛਾ ਭਾਈ ਜਾਨ, ਜਿਹੜਾ ਆਪਾਂ ਜਾਨਵਰ ਵਿਖਾਇਆ, ਹਾਂਜੀ ਸਰ, ਇਹ ਪਹਿਲੇ ਦੱਸਣਾ ਹੈ ਵੀ ਇਹ ਜਿਹੜਾ ਜਾਨਵਰ ਆਪਣਾ ਇਹ ਵਪਾਰ ਦਾ ਕਿ ਘਰ ਦਾ? ਇਹ ਮੇਰੇ ਘਰ ਦਾ ਜਾਨਵਰ ਹੈ ਜੀ। ਥੋੜਾ ਕਿਹਾ ਜੀ? ਮੇਰੇ ਘਰ ਦਾ ਜਾਨਵਰ ਹੈ ਜੀ, ਮੈਂ ਬੜੇ ਸ਼ੌਕਾਂ ਨਾਲ ਪਾਲਿਆ ਜੀ। ਮੇਰੀ ਆਪਣੀ ਘਰ ਦਾ ਬੱਚਾ ਹੈ ਜੀ, ਗਾਂ ਦਾ ਬੱਚਾ ਹੈ ਜੀ, ਮਾਸ਼ਾਅੱਲਾ ਬੜਾ ਹੀ ਅੱਛਾ ਬੱਚਾ ਹੈ। ਅੱਛਾ, ਗਰਮੀ ਗੁਰਮੀ ਤਾਂ ਨਹੀਂ ਕਰਦਾ ਬਿਲਕੁਲ? ਨਾ ਜੀ ਨਾ, ਕੋਈ ਗਰਮੀ ਨਹੀਂ, ਤੁਹਾਡੇ ਅੱਖਾਂ ਦੇ ਸਾਹਮਣੇ ਖੋਤਾ ਜੀ, ਧੁੱਪ ਤੇ ਜੀ ਕੋਈ ਕਿਸੇ ਕਿਸਮ ਦਾ ਨੂੰ ਕੋਈ ਲੈਂਪੀ ਲੂੰਪੀ ਤਾਂ ਨਹੀਂ ਹੋਈ? ਨਾ ਜੀ ਨਾ, ਵੈਕਸੀਨ ਲੈਂਪੀ ਦੀ ਹੋਈ ਹੈ? ਨਹੀਂ ਹੋਈ ਹੋਈ ਹੈ। ਠੀਕ ਹੋ ਗਿਆ। ਅੱਛਾ, ਸਾਫ ਘਰ ਕਾਰਡ ਇਹਦਾ ਕੀ, ਕਿਉਂਕਿ ਆਪਣੇ ਘਰ ਦਾ ਜਾਨਵਰ ਹੈ, ਸਾਫ ਘਰ ਕਾਰਡ ਕਿੰਨਾ ਦੁੱਧ ਕਰਦੀ ਸਰ? ਇਹਨੇ ਦੂਸਰਾ ਸੂਆ ਸੂਣਾ ਹੈ ਜੀ, ਇਹਦਾ 20-22 ਲੀਟਰ ਦੁੱਧ ਹੈ ਜੀ ਇੱਕ ਟਾਈਮ ਦਾ ਜੀ। ਸਾਫ ਘਰ ਕਾਰਡ ਜੀ 22 ਲੀਟਰ ਦਾ? ਹਾਂਜੀ 22 ਲੀਟਰ। ਨਾਰਮਲ ਖੁਰਾਕ ਤੇ ਕਿ ਚੰਗੀ ਖੁਰਾਕ? ਨਹੀਂ ਨਹੀਂ, ਨਾਰਮਲ ਖੁਰਾਕ ਤੇ ਜੀ, ਨਾਰਮਲ ਖੁਰਾਕ ਤੇ। ਠੀਕ ਹੋ ਗਿਆ। ਹਾਂਜੀ, ਫਿਰ ਅੱਗੇ ਹੁਣ ਮਾਸ਼ਾਅੱਲਾ ਇਹਨੇ ਦੂਸਰਾ ਸੂਆ ਸੂਣਾ ਹੈ, ਹੁਣ ਤੁਸੀਂ ਚੈੱਕ ਕਰ ਲਵੇ ਕਿ ਇਹਦਾ ਰਿਕਾਰਡ ਕੀ ਹੈ। ਦੂਸਰੇ ਸੂਏ ਦਾ ਦੁੱਧ ਜ਼ਿਆਦਾ ਕਰੇਗੀ? ਜ਼ਿਆਦਾ ਕਰੇਗੀ ਇਨਸ਼ਾਅੱਲਾ। ਠੀਕ ਹੋ ਗਿਆ।
ਅੱਛਾ ਥਣ ਦੀ ਛੱਟੇ ਦੀ ਫੁਹਾਰ ਦੀ ਹਰ ਚੀਜ਼ ਦੀ ਗਾਰੰਟੀ ਹੋਵੇਗੀ ਜੀ ਮਾਸ਼ਾਅੱਲਾ ਮੁੱਠ ਵਾਰ ਥਾਣੇ ਤੁਸੀਂ ਆਪਦੇ ਕੈਮਰੇ ਦੇ ਵਿੱਚ ਵਿਖਾਇਆ ਜੀ ਸਹੀ ਗੱਲ ਬਿਲਕੁਲ ਅੱਛੇ ਚਾਰਾਂ ਥਣਾ ਮੈਨੂੰ ਓਕੇ ਆਉਂਦੇ ਠੀਕ ਹੋਵੇ ਹਾਂਜੀ ਅੱਛਾ ਇਹਨਾਂ ਦਾ ਪਿਆਰ ਮੁਹੱਬਤ ਵਾਲਾ ਮੁੱਲ ਕੀ ਜਿਹੜਾ ਆਪਾਂ ਲੈਣਾ ਹੈ ਬਿਲਕੁਲ ਮਕਬੂਲ ਜੀ ਕੀਮਤ ਮੰਗਣੀ ਹੈ ਮੁੱਲ ਤਾਂ ਅਸੀਂ ਸਾਜਿਦ ਬਾਈ ਬੜੇ ਬੜੇ ਮੰਗਣੇ ਆ ਲੇਕਿਨ ਤੁਹਾਡੇ ਨਾਲ ਮੁਹੱਬਤ ਹੈ ਆਪਾਂ ਕਹਿੰਦਾ ਜਾਇਜ਼ ਜਾਇਜ਼ ਪਿਆਰ ਮੁਹੱਬਤ ਹੈ 2,80,000 ਰੁਪਇਆ ਸੀ ਗਾਂ ਦਾ 2,80,000 ਹਾਂਜੀ 2,80,000 ਤੋਂ ਗੁੰਜਾਇਸ਼ ਕਿ ਵੀਰ ਤੋਂ ਆਪਣੇ ਬੁੱਧੇ ਚਾਹੁੰਦਾ ਕਿ ਹੋਵੇਗੀ ਕੋਈ ਥੋੜੀ ਬਹੁਤੀ ਹੋ ਜਾਵੇ ਕਿ ਕੋਈ 19 ਵੀ ਹੋਵੇਗੀ 21 ਹੋਵੇਗੀ ਨਹੀਂ 19-20 ਹੋਵੇਗੀ ਲੱਖ ਦੀ ਛੂਟ ਹੋ ਜਾਏਗੀ ਵਿੱਚ ਨਹੀਂ 19 ਨਹੀਂ ਹੋਵੇਗੀ 2,80,000 ਚੋਂ ਚਾਹ ਪਾਣੀ ਹੋ ਜਾਏਗਾ ਚਾਹ ਪਾਣੀ ਦੀਰ ਪਿਆਰ ਹੋਵੇਗਾ ਦੀਰ ਪਿਆਰ ਹੋਵੇਗਾ ਅੱਛਾ ਕਿਉਂਕਿ ਵੀਰ ਆਪਾਂ ਨੂੰ ਬਿਆਨਾ ਕਰਵਾਉਂਦਾ ਹੈ ਹਾਂਜੀ ਤੇ ਜਨਾਬ ਬਿਆਨਾ ਕਰਕੇ ਉਹ ਆਖੇ ਮੈਂ ਸੂਨ ਤੋਂ ਬਾਅਦ ਲਿਆਉਣਾ ਇਵੇਂ ਹੋ ਜਾਏਗਾ ਹੋ ਜਾਵੇਗਾ ਬਿਆਨਾ ਕਰਕੇ ਠਲ ਦੇਵੇ ਠਲ ਦੇ ਠੀਕ ਹੋ ਕੋਈ ਇਸ਼ੂ ਨਹੀਂ ਦੋ ਲੱਖ ਲੇਕਿਨ ਬਿਆਨਾ ਅਸੀਂ 40,000-50,000 ਰੁਪਇਆ ਹਾਂ ਠੀਕ ਹੋ ਗਿਆ 2,80,000 ਰੁਪਏ ਬਾਈ ਨੇ ਡਿਮਾਂਡ ਕੀਤੀ ਕੋਈ ਵੀਰ ਦੋਸਤ ਸਾਡਾ ਜਾਨਵਰ ਖਰੀਦਣਾ ਚਾਹੁੰਦਾ ਸਾਡਾ ਵਟਸਐਪ ਰਾਬਤਾ ਨੰਬਰ ਨੋਟ ਕਰੋ 0322-7087-633 ਫਿਰ ਨੋਟ ਕਰੋ 0322-7087-633 ਇਹ ਜਨਾਬ ਸਾਡਾ ਰਾਬਤਾ ਨੰਬਰ ਹੈ ਇਹ ਸਾਡਾ ਵਟਸਐਪ ਨੰਬਰ ਜਾਨਵਰ ਤੁਹਾਨੂੰ ਇੱਕ ਦੋ ਫਿਰ ਵਿਖਾ ਦਿੰਦੇ ਹਾਂ ਜਾਨਵਰ ਦੀ ਤਸੱਲੀ ਜਨਾਬ ਤੁਹਾਨੂੰ ਇੱਕ ਦੋ ਫਿਰ ਕਰਾ ਦਿੰਦੇ ਹਾਂ ਬਸ ਲੰਮੀ ਖੂਨ ਪੇਤ ਵਾਲਾ ਜਾਨਵਰ ਹੈ ਹਵਾਨਾ ਦੀ ਵੰਡ ਵੀ ਲਾਜਵਾਬ ਹੈ ਦਿਨ ਬਾਈ ਦੇ ਕੋਲ ਕੋਈ 10 ਕੱਢ ਦੀ ਹੈ ਜਿੱਤ ਕਰ ਬਾਕੀ ਜਨਾਬ ਵੀਰਾਂ ਦੋਸਤਾਂ ਦੇ ਸਾਹਮਣੇ ਬਸ ਮੰਨ